ਸੁਨਹਿਰੀ ਭਵਿੱਖ ਦੇ ਲਈ ਵਿਦੇਸ਼ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਦੇ ਨਾਲ ਮੌਤ ਹੋ ਗਈ। ਦੱਸੀ ਕਿ ਇਹ ਨੌਜਵਾਨ 7 ਸਾਲ ਪਹਿਲਾਂ ਇਟਲੀ ਦੇ ਵਿੱਚ ਕੰਮਕਾਰ ਕਰਨ ਦੇ ਲਈ ਗਿਆ ਸੀ ਤੇ ਬੀਤੀ ਰਾਤ ਤੇ ਰੋਟੀ ਬਣਾਉਣ ਦੇ ਸਮੇਂ ਉਸਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਪਰਿਵਾਰ ਨੂੰ ਡੂੰਘਾ ਸਦਮਾ ਪਹੁੰਚਿਆ। ਦੱਸੀ ਕਿ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਇਹ ਨੌਜਵਾਨ ਬਰਨਾਲਾ ਦੇ ਪਿੰਡ ਮਹਿਲ ਖੁਰਦ ਦਾ ਰਹਿਣ ਵਾਲਾ ਸੀਗਾ ਤੇ 7 ਸਾਲ ਪਹਿਲਾਂ ਇਟਲੀ ਦੇ ਵਿੱਚ ਸੁਨਹਿਰੀ ਭਵਿੱਖ ਦੇ ਲਈ ਕਾਰੋਬਾਰ ਕਰਨ ਦੇ ਲਈ ਗਿਆ ਸੀ। ਦੱਸਿਆ ਜਾ ਰਿਹਾ ਕਿ ਦੇਰ ਰਾਤ ਜਦੋਂ ਆਟਾ ਗੁੰਨ ਰਿਹਾ ਸੀ ਤੇ ਉਸ ਦੌਰਾਨ ਉਸਨੂੰ ਹਾਰਟ ਅਟੈਕ ਆਉਂਦਾ। ਉਸਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ ਉਸਦੇ ਰੂਮਮੇਟ, ਪਰ ਇਸੇ ਹੀ ਦੌਰਾਨ ਉਸਦੀ ਮੌਤ ਹੋ ਜਾਂਦੀ ਹੈ। ਉਸ ਤੋਂ ਬਾਅਦ ਪਰਿਵਾਰ ਨੂੰ ਇਸ ਸੰਬੰਧੀ ਜਦੋਂ ਪਤਾ ਲੱਗਦਾ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਦੱਸੀ ਕਿ ਇਸ ਨੌਜਵਾਨ ਦਾ 2 ਮਹੀਨਿਆਂ ਬਾਅਦ ਵਿਆਹ ਹੋਣਾ ਸੀ। 2 ਮਹੀਨਿਆਂ ਬਾਅਦ ਇਸ ਨੌਜਵਾਨ ਨੇ ਇਟਲੀ ਤੋਂ ਵਾਪਸ ਪੰਜਾਬ ਆਉਣਾ ਸੀ, ਆਪਣੇ ਪਿੰਡ ਮਹਿਲ ਖੁਰਦ ਪਹੁੰਚਣਾ ਸੀ, ਜਿਸ ਤੋਂ ਬਾਅਦ ਉਸਦੀਆਂ ਵਿਆਹ ਦੀਆਂ ਰਸਮਾਂ ਨਿਭਾਈਆਂ ਜਾ ਰਹੀਆਂ ਸੀ। ਪਰ ਉਸ ਤੋਂ ਪਹਿਲਾਂ ਹੀ ਇਹ ਮੰਦਭਾਗਾ ਭਾਣਾ ਵਾਪਰਿਆ ਤੇ ਉਸ ਨੌਜਵਾਨ ਦੀ ਇਟਲੀ ਦੇ ਵਿੱਚ ਮੌਤ ਹੋ ਚੁੱਕੀ ਹੈ। ਦੱਸੀ ਕਿ ਮ੍ਰਿਤਕ ਨੌਜਵਾਨ ਦਾ ਨਾਂ ਸਵਰਨ ਸਿੰਘ ਦੱਸਿਆ ਜਾ ਰਿਹਾ ਤੇ ਉਸਦੀ ਉਮਰ 37 ਸਾਲ ਹੈ, ਜੋ ਕਿ ਪਿੰਡ ਮਹਿਲ ਖੁਰਦਾ ਰਹਿਣ ਵਾਲਾ ਸੀ ਤੇ ਉਸਦੀ ਇਟਲੀ ਦੇ ਵਿੱਚ ਹਾਰਟ ਅਟੈਕ ਦੇ ਨਾਲ ਮੌਤ ਹੋਈ ਹੈ। ਤੇ ਦੱਸਦੀ ਕਿ ਪਰਿਵਾਰਕ ਮੈਂਬਰਾਂ ਦੇ ਵੱਲੋਂ ਨੌਜਵਾਨ ਦੇ ਮ੍ਰਿਤਕ ਦੇ ਵਾਪਸ ਭਾਰਤ ਲਿਆਉਣ ਦੀ ਗੁਹਾਰ ਲਗਾਈ ਜਾ ਰਹੀ ਹੈ ਤਾਂ ਕਿ ਉਹ ਆਪਣੇ ਪਰਿਵਾਰਕ ਮੈਂਬਰ ਦੀ ਅੰਤਿਮ ਰਸਮਾਂ ਨਿਭਾ ਸਕਣ। ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਪਰਿਵਾਰਕ ਮੈਂਬਰ ਕੀ ਜਾਣਕਾਰੀ ਦੇ ਰਹੇ। ਮਾਮਲਾ ਇਹ ਸੀਗਾ ਜੀ, ਸਾਡੇ ਚਾਚਾ ਜੀ ਸੀਗੇ ਸਵਰਨ ਸਿੰਘ, ਇਹ ਤਕਰੀਬਨ 7 ਕੁ ਸਾਲ ਪਹਿਲਾਂ ਇਟਲੀ ਦੇ ਵਿੱਚ ਗਏ ਸੀ। ਉੱਥੇ ਆਪਦਾ ਵਧੀਆ ਇਹਨਾਂ ਦਾ ਕੰਮਕਾਰ ਚੱਲਦਾ ਸੀਗਾ ਤੇ ਰਾਤੀ ਸਾਨੂੰ ਤਕਰੀਬਨ 1:30 ਵਜੇ ਫੋਨ ਆਇਆ ਉੱਥੋਂ ਅਚਾਨਕ ਹੀ ਵੀ ਉੱਥੇ ਇਹਨਾਂ ਨੂੰ ਅਟੈਕ ਹੋ ਗਿਆ। ਆਪਦੇ ਕਿਚਨ ਦੇ ਵਿੱਚ ਆਟਾ ਗੁੰਨ ਰਹੇ ਸੀਗੇ ਤੇ ਆਟਾ ਗੁੰਨਦੇ ਇਹ ਬਸ ਪਿੱਛੇ ਜੜ ਗਿਆ। ਫਿਰ ਉਹ ਜਿਹੜਾ ਕੋਈ ਨਾਲ ਇਹਦੇ ਰੂਮਮੇਟ ਸੀਗਾ, ਰੂਮ ਵਾਲੇ ਮੁੰਡੇ ਨੇ, ਸਾਡੇ ਫੁੱਫੜ ਜੀ ਨੇ ਮੇਵਾ ਸਿੰਘ, ਉਹਨਾਂ ਨੂੰ ਫੋਨ ਕਰਿਆ। ਫਿਰ ਇਹਨਾਂ ਨੇ ਸਾਨੂੰ ਵੀ ਦੱਸਿਆ ਰਾਤ ਨੂੰ, ਅਸੀਂ ਤਕਰੀਬਨ ਸਾਨੂੰ 2 ਵਜੇ ਤੱਕ ਸਾਰਾ ਕਲੀਅਰ ਹੋ ਗਿਆ ਸੀ ਇਹ ਵੀ ਉਹਨਾਂ ਨੂੰ ਅਟੈਕ ਆ ਗਿਆ। ਫਿਰ ਚਲੋ ਉੱਥੇ ਹੁਣ ਆਪਣੇ ਹੋਰ ਰਿਸ਼ਤੇਦਾਰ ਵੀ ਹੈਗੇ ਨੇਗੇ, ਹੁਣ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਜੀ ਵੀ ਅੱਗੇ ਦਾ ਕੀ ਪ੍ਰੋਸੈਸ ਹੈਗਾ ਨਾ। ਪਰਿਵਾਰ ਦੇ ਵਿੱਚ ਕੌਣ ਕੌਣ ਆਉ? ਪਰਿਵਾਰ ਦੇ ਵਿੱਚ 2 ਭਰਾ ਨੇ ਜੀ, 2 ਭੈਣਾਂ ਸੀਗੀਆਂ, ਭੈਣਾਂ ਦੋਨੇ ਵਿਆਹੀਆਂ ਵੀ ਨੇ। ਡੈਡੀ ਦੀ ਵੀ ਇਹਨਾਂ ਦੀ ਜਿਹੜੀ ਡੈਥ ਹੋ ਗਈ ਸੀਗੀ ਤੇ ਮਾਤਾ ਦੀ ਵੀ ਡੈਥ ਹੋ ਗਈ ਸੀਗੀ। ਕਿੰਨੀ ਕੁ ਉਮਰ ਹੈ ਜਿਹੜੀ ਨੌਜਵਾਨ ਦੀ ਰਹੀ? ਉਮਰ ਇਹਨਾਂ ਦੀ ਹੈਗੀ ਜੀ 37-38 ਸਾਲ ਹੈ ਤਕਰੀਬਨ। ਹਲੇ ਹੁਣ ਆਉਣਾ ਸੀਗਾ ਇਹਨੇ ਮੂਹਰੇ ਵਿਆਹ ਕਰਾਉਣ ਆਉਣਾ ਸੀਗਾ, ਹੋਈ ਸੀ ਗੱਲਬਾਤ ਵੀ ਮੂਹਰ ਲਿਆ ਆਉਣ ਵਾਲੇ ਸਮੇਂ ਦੇ ਵਿੱਚ ਵੀ 2-4 ਮਹੀਨੇ ਤੱਕ ਆਉਣਾ ਸੀ ਇੱਥੇ ਇਹਨੇ ਪਿੰਡ, ਪਰ ਆ ਕੁਛ ਹੋਰ ਹੀ ਭਾਣਾ ਵਾਪਰ ਗਿਆ ਜੀ। ਕੀ ਕੋਈ ਅਪੀਲ ਕਰਨਾ ਚਾਹੁੰਦੇ ਹੋ ਜਿਹੜਾ? ਅਪੀਲ ਤਾਂ ਅਸੀਂ ਬਸ ਇੱਧਰ ਲਿਆਉਂਗੇ, ਸਾਡੇ ਉੱਧਰ ਰਿਸ਼ਤੇਦਾਰ ਵੀ ਹੈਗੇ ਨੇ ਜੀ, ਅਸੀਂ ਬਾਕੀ ਸਰਕਾਰ ਤੋਂ ਵੀ ਮੰਗ ਕਰਦੇ ਹਾਂ ਵੀ ਜਿਹੜਾ ਸਾਡਾ ਇਹ ਨੌਜਵਾਨ ਮੁੰਡਾ ਉੱਧਰ ਡੈਥ ਹੋਈ ਹੈ ਇਹਦੀ, ਵੀ ਉਹਨੂੰ ਲਿਆਉਣ ਦੇ ਵਿੱਚ ਸਾਨੂੰ ਉੱਧਰ ਡੈੱਡ ਬੋਡੀ ਲਿਆਉਣ ਦੇ ਵਿੱਚ ਸਾਡੀ ਮਦਦ ਕੀਤੀ ਜਾਵੇ, ਬਸ ਇਹ ਅਪੀਲ ਹੈ ਜੀ। ਦੇਖੋ ਜੀ, ਕੱਲ੍ਹ ਮਿਤੀ 7/3/2024 ਨੂੰ ਸਾਰਾ ਪਰਿਵਾਰ ਟੀਨ ਦੀ ਤਰ੍ਹਾਂ ਸੀ, ਖਾਣਾ ਪਾਣੀ ਖਾ ਕੇ ਸਾਰਾ ਪਰਿਵਾਰ ਸੁੱਤਾ, ਕੋਈ ਗੱਲਬਾਤ ਨਹੀਂ ਸੀ। ਰਾਤ ਤਕਰੀਬਨ ਕੋਈ 1:15 ਦੇ ਕਰੀਬ ਬਾਹਰੋਂ ਉਹਦੇ ਫੋਨ ਤੋਂ ਕਿਸੇ ਹੋਰ ਬੰਦੇ ਨੇ ਫੋਨ ਕੀਤਾ, ਦੱਸਿਆ ਜੋ ਕਿ ਕੰਮ ਤੋਂ ਇਹ ਪਹਿਲਾਂ ਆ ਗਿਆ ਸੀ, ਉਹ ਬਾਅਦ 'ਚ ਆਇਆ, ਆ ਕੇ ਦੇਖਿਆ ਤਾਂ ਕੰਮ ਤੋਂ ਆ ਕੇ ਰੂਟੀਨ ਮੁਤਾਬਕ ਉਹ ਆਪਣੇ ਖਾਣ ਲਈ ਖਾਣਾ ਬਣਾਉਣ ਲੱਗਿਆ ਸੀ, ਜਿਸਦਾ ਕਿ ਸਬੂਤ ਆ ਉਹਦੇ ਹੱਥ ਆਟੇ ਨਾਲ ਰਿਬੜੇ ਹੋਏ ਸੀ। ਉਹ ਬੰਦੇ ਨੇ ਦੱਸਿਆ ਵੀ ਇਹਨੂੰ ਅਟੈਕ ਹੋਇਆ, ਸਾਨੂੰ ਦੱਸਿਆ ਵੀ ਅਸੀਂ ਇਹਨੂੰ ਲਿਜਾ ਰਹੇ ਹਾਂ। ਥੋੜ੍ਹੇ ਟਾਈਮ ਬਾਅਦ ਫੋਨ ਆਇਆ ਵੀ ਸਵਰਨ ਸਿੰਘ ਲਈ ਰਹੇ। ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਬਸ ਜਿਵੇਂ ਮਾਹੌਲ ਹੁੰਦਾ ਗਮਗੀਨ ਹੋ ਗਿਆ, ਅਤੇ ਬਾਕੀ ਲਗਭਗ ਕਾਫੀ ਟਾਈਮ ਤੋਂ ਇਹ ਵਿਚਾਰਾ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਵਿਦੇਸ਼ ਗਿਆ ਹੋਇਆ ਸੀ, ਵਿਦੇਸ਼ਾਂ ਦੇ ਵਿੱਚ
ਕੁਝ ਸਮਾਂ ਲੱਗ ਜਾਂਦਾ ਆਪਣੇ ਕੰਮ ਨੂੰ ਇੱਧਰ ਉੱਧਰ ਦੇਖਦੇ ਸੈਟਿੰਗ ਕਰਦੇ। ਕੋਈ ਜਦੋਂ ਦਾ ਗਿਆ 7 ਸਾਲ ਦੇ ਲਗਭਗ ਜਿਹੜਾ ਦੱਸਿਆ ਜਾਂਦਾ ਜੀ, ਵਿੱਚ ਦੀ ਕੋਈ ਇੰਡੀਆ ਆਇਆ ਸੀ ਵਾਪਸ? ਨਾ ਜੀ, ਬਿਲਕੁਲ ਨਹੀਂ ਆਇਆ। ਅਸੀਂ ਕਹਿੰਦੇ ਸੀ, ਕਹਿੰਦਾ ਰਹਿੰਦਾ ਸੀ ਮੈਂ ਆਊਂਗਾ, ਮੈਨੂੰ ਕੋਈ ਕਾਗਜ਼ ਪੱਤਰ ਤਿਆਰ ਹੋ ਰਹੇ ਨੇ, ਹੋ ਲੈਣ ਦੇ, ਮੈਂ ਆਊਂਗਾ, ਆ ਜਾਊਂਗਾ, ਮੈਂ ਕੋਈ ਨਹੀਂ ਆਪ ਦੱਸੂਗਾ। ਇਹ ਨਹੀਂ ਪਤਾ ਮੈਂ ਤੁਹਾਨੂੰ ਨਾ ਹੀ ਦੱਸਾਂ, ਮੈਂ ਉਹਦੀ ਪਤਾ ਲੱਗੇ ਘਰ ਆ ਜਾ। ਹੁਣ ਕੋਈ ਮੰਗ ਕਰਦੇ ਹੋ ਕਿ ਜਿਹੜੇ ਨੌਜਵਾਨ ਨੂੰ ਇੱਧਰ ਲੈਣ ਲਈ? ਦੇਖੋ ਜੀ, ਪ੍ਰਸ਼ਾਸਨ ਤੋਂ ਕੋਸ਼ਿਸ਼ ਤਾਂ ਕਰਦੇ ਵੀ ਪ੍ਰਸ਼ਾਸਨ ਦਾ ਬਣਦਾ ਵੀ ਵੱਧ ਤੋਂ ਵੱਧ ਗਰੀਬ ਪਰਿਵਾਰ ਆ ਇਹਨਾਂ ਦੀ ਕੋਈ ਸਹਾਇਤਾ ਡੈੱਡ ਬੋਡੀ ਲਿਆਉਣ ਦੇ ਵਿੱਚ ਕੋਈ ਪ੍ਰਸ਼ਾਸਨ ਜੇ ਕੋਈ ਕਰਦਾ ਤਾਂ ਵਧੀਆ ਗੱਲ ਆ।